ਇਹਦੇ ਨਾਲ ਹੀ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਖੋਲ੍ਹੀਏ ਮਿੰਟ ਜੀ। ਉੱਧਰਲੇ ਪਾਸੇ ਤੋਂ ਇੱਕ ਸਾਬਕਾ ਸ਼ਰੀਫ ਨੇ ਜਿਹੜੇ ਉਹਨਾਂ ਦਾ ਜ਼ਿਕਰ ਹੁੰਦਾ ਪਿਆ ਗਾ, ਕਹਿੰਦੇ ਕਿ ਬਾਈ ਉਹਨਾਂ ਨੇ ਮਲਕ ਦੇ ਖਾਤਮੇ ਦੇ ਵਿੱਚ ਹੱਥ ਆ ਕੋਈ, ਇਹ ਕੀ ਕਹਾਣੀ ਬਣ ਗਈ ਮਿੰਟੂ ਜੀ? ਵੇਖੋ ਕੈਨੇਡਾ ਦੇ ਵਿੱਚ ਨਾ ਇਸ ਵੇਲੇ ਜੀ ਜੋ ਉਹਨਾਂ ਦਾ ਉਹ ਹੈਗਾ ਚੈਨਲ CBC ਹੈ ਸ਼ਾਇਦ, ਜਿਵੇਂ ਉਹ ਆ ਨਾ BBC ਜੀ, ਹਾਂ ਉਹਨਾਂ ਦਾ ਆਪਣਾ ਹੀ ਆ ਜੀ ਜਿਹੜਾ BBC ਹੈ, ਤੁਹਾਨੂੰ ਸ਼ਾਇਦ ਪਤਾ ਹੋਏਗਾ ਇਹ ਬ੍ਰਿਟਿਸ਼ ਗੌਰਮੈਂਟ ਤੋਂ ਬਜਟ ਲੈਂਦਾ ਹੈ ਜੀ, ਭਾਵੇਂ ਕਹਿ ਲਓ ਕਿ ਸਰਕਾਰੀ ਕਹਿ ਲਓ। ਹਾਂਜੀ, ਤਾਂ ਹੀ ਕਈ ਵਾਰ BBC ਦੀ ਆਲੋਚਨਾ ਹੁੰਦੀ ਹੈ ਜੀ। ਇੰਡੀਆ 'ਚ ਵੀ ਤੁਹਾਨੂੰ ਪਤਾ ਇਹਨਾਂ ਦਾ ਪੇਚਾ ਪਿਆ ਰਹਿੰਦਾ ਹੈ ਸਰਕਾਰ ਦੇ ਨਾਲ, ਸਟੋਰੀਆਂ ਡਿਲੀਟ ਕਰ ਦਿਓ, ਬੈਨ ਕਰ ਦਿਓ, ਹਾਂਜੀ ਇੱਦਾਂ ਕਰ ਦਿਓ, ਉੱਦਾਂ ਕਰ ਦਿਓ, ਤਾਂ ਮਤਲਬ ਇਹ ਕਿਹਾ ਜਾਂਦਾ ਕਿ ਏਜੰਡਾ ਆਧਾਰਿਤ ਪੱਤਰਕਾਰਤਾ ਕਰਦੇ ਆ। ਤਾਂ ਉੱਦਾਂ ਹੀ CBC ਹੈ ਜਿਹੜਾ ਉਹ ਕੈਨੇਡਾ ਗੌਰਮੈਂਟ ਦਾ ਹੀ ਆ, ਤਾਂ ਉਹ ਹੁਣ ਫੱਟੇ ਚੱਕੀ ਜਾਂਦੇ ਆ ਜੀ। ਉਹਨਾਂ ਨੇ ਜਿਹੜਾ ਤਾਜ਼ਾ ਖੁਲਾਸਾ ਕੀਤਾ ਆ ਤੱਥਾਂ ਦੇ ਹਵਾਲੇ ਨਾਲ, ਉਹਨਾਂ ਦਾ ਦਾਅਵਾ ਹੈ ਕਿ ਬਈ ਕੁਛ ਸਾਡੇ ਹੱਥ ਤੱਥ ਲੱਗੇ ਨੇ ਕਿ ਜਿਹੜਾ ਰਿਪੂ ਦਮਨ ਸਿੰਘ ਮਲਿਕ ਸੀਗਾ ਉਹਦੀ ਹੱਤਿਆ ਦੇ ਵਿੱਚ ਇੱਕ ਸਾਬਕਾ ਭਾਰਤੀ ਸਫੀਰ ਦਾ ਹੱਥ ਆ ਜੀ। ਉਹਦੇ ਬਾਰੇ ਇੱਥੋਂ ਤੱਕ ਵੀ ਅੱਜ ਕਾਹਲੋਂ ਸਾਹਿਬ ਦੀ ਇੱਕ ਰਿਪੋਰਟ ਵੀ ਲੱਗੀ ਆ, ਮੈਂ ਪੜ੍ਹੀ ਸੀਗੀ ਜੀ। ਉਹਦੇ 'ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਉਕਤ ਜਿਹੜਾ ਸਾਬਕਾ ਸਫੀਰ ਸੀਗਾ ਇਹ ਜਲੰਧਰ ਦੇ ਪਾਸਪੋਰਟ ਦਫ਼ਤਰ 'ਚ ਵੀ ਲੱਗਾ ਰਿਹਾ, ਯਾਨੀ ਮਤਲਬ ਕਿ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਨਾ ਤਾਂ ਕਨੈਕਸ਼ਨ ਇੱਥੋਂ ਹੀ ਨਿਕਲ ਰਹੇ ਨੇ। ਅੱਛਾ ਜੀ। ਹਾਂਜੀ, ਫਿਰ ਬਾਅਦ ਦੇ ਵਿੱਚ ਯਾਨੀ ਉਹਨੂੰ ਪ੍ਰਮੋਸ਼ਨਾਂ ਵਗੈਰਾ ਮਿਲਦੀਆਂ ਰਹੀਆਂ ਅਤੇ ਉਹ ਸਫੀਰ ਬਣ ਗਿਆ। ਹੁਣ ਇਹਦੇ ਵਿੱਚ ਹੋਰ ਵੀ ਕੁਝ ਪ੍ਰਗਟਾਵੇ ਕੀਤੇ ਗਏ ਨੇ, ਖੁਲਾਸੇ ਕੀਤੇ ਗਏ ਨੇ, ਮਸਲਨ ਕਿ ਦੋ ਜਿਹੜੇ ਫੜੇ ਗਏ ਨੌਨ ਪੰਜਾਬੀ ਰਿਪੂ ਦਮਨ ਸਿੰਘ ਮਲਿਕ ਦੇ ਕੇਸ ਦੇ ਵਿੱਚ, ਰਿਪੂ ਦਮਨ ਸਿੰਘ ਮਲਿਕ, ਤਾਂ ਉਹਨਾਂ ਦਾ ਹਾਲੇ ਟ੍ਰਾਇਲ ਸ਼ੁਰੂ ਨਹੀਂ ਹੋਇਆ ਜੀ, ਹਾਲੇ ਟ੍ਰਾਇਲ ਸ਼ੁਰੂ ਹੋਣਾ ਬਾਕੀ ਆ। ਤਾਂ ਉਹ ਕਹਿੰਦੇ ਆ ਕਿ ਜਿਹੜਾ ਉਕਤੇ ਸਫੀਰ ਸੀਗਾ ਉਸ ਵੇਲੇ ਇਹਦੀ ਮਤਲਬ ਕਿ ਇੱਕ ਵੀਡੀਓ ਚੈਟ ਹੱਥ ਲੱਗੀ ਹੈ, ਚੈਟ ਕਹਿ ਲਓ, ਪਤਾ ਨਹੀਂ ਹੁਣ ਚੈਟ ਕਿਸ ਤਰ੍ਹਾਂ ਦੀ ਹੈ, ਕੋਈ ਹੈ ਹੋਈ ਹੈ, ਚੈਟ ਹੋਈ ਹੈ। ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਮਲਿਕ ਜਿਹੜਾ ਕਿ ਕਨਿਸ਼ਕ ਜਹਾਜ਼ ਕਾਂਡ ਦਾ ਦੋਸ਼ੀ ਸੀਗਾ, ਪਰ ਦੋਸ਼ ਮੁੜ ਕੇ ਸਿੱਧ ਨਹੀਂ ਹੋਏ, ਬਰੀ ਹੋ ਗਿਆ, ਸ਼ਾਇਦ 12-13 ਸਾਲ ਪਹਿਲਾਂ ਦੀ ਗੱਲ ਹੋਏਗੀ। ਇਹ ਬਹੁਤ ਸੁਰਖੀਆਂ 'ਚ ਅਸੀਂ ਪੜ੍ਹਿਆ ਛੋਟੇ ਹੁੰਦਿਆਂ ਨੇ, ਇਹ ਜਿਹੜਾ ਸੀਗਾ ਨਾ ਬੰਬ ਦੇ ਨਾਲ ਜਹਾਜ਼ ਉਡਾ ਦਿੱਤਾ ਸੀ, ਸ਼ਾਇਦ 339 ਬੰਦੇ ਮਰ ਗਏ ਸਨ ਹਵਾ 'ਚ ਜੀ। ਤਾਂ ਅੱਜ ਤੱਕ ਇੱਕ ਕਹਿ ਲਓ ਕਿ ਵਿਰੋਧਾਭਾਸ ਦੀ ਥਿਊਰੀ ਜਿਹੜੀ ਆ ਕੰਮ ਕਰਦੀ ਹੈ, ਕੋਈ ਕਹਿੰਦਾ ਕਿ ਇਹ ਭਾਰਤੀ ਏਜੰਸੀਆਂ ਦਾ ਕਾਰਾ ਸੀ, ਤਾਂ ਦੂਸਰੇ ਪਾਸੇ ਕਿਹਾ ਜਾਂਦਾ ਕਿ ਖਾਲਿਸਤਾਨੀਆਂ ਦਾ ਕੰਮ ਸੀ। ਮਤਲਬ ਕਿ ਅਜੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਧਰ ਉੱਧਰ ਥਿਊਰੀਆਂ ਜਿਹੜੀਆਂ ਭਿੜਦੀਆਂ ਨੇ ਜੀ। ਹੁਣ ਇਹਦੇ ਵਿੱਚ ਇਹ ਮਾਮਲਾ ਵੀ ਜੁੜਦਾ ਹੈ ਕਿ ਮਲਿਕ ਦਾ ਜਦੋਂ ਨਾਂ ਕਾਲੀ ਸੂਚੀ 'ਚੋਂ ਕੱਢਿਆ ਗਿਆ ਜੀ, ਤਾਂ ਉਸ ਵੇਲੇ ਮਲਿਕ ਨੂੰ ਬਲੈਕਮੇਲ ਇੱਕ ਤਰ੍ਹਾਂ ਨਾਲ ਕੀਤਾ ਗਿਆ ਕਿ ਬਈ ਇੱਕ ਤਾਂ ਤੂੰ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਵੀਡੀਓ ਪਾਉਣਾ ਹੈ, ਭਾਰਤੀ ਸਰਕਾਰ ਦਾ ਗੁਣਗਾਨ ਕਰਨਾ ਆ, ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਜੀ। ਤਾਂ ਇਹ ਵੱਡੀ ਖਬਰ ਇਹ ਬਣ ਗਈ ਕੱਲ੍ਹ, ਬੜੀ ਚਰਚਾ ਹੋਈ ਇਹਦੇ 'ਤੇ ਕਿ ਇੱਕ ਹੋਰ ਮਾਮਲੇ ਦੇ ਵਿੱਚ ਨਾਂ ਜਿਹੜਾ ਹੈ ਉਹ ਜੁੜ ਗਿਆ ਭਾਰਤ ਦਾ। ਅਤੇ ਵੈਸੇ ਵੀ ਹੁਣ ਗਾਹ ਕੈਨੇਡਾ 'ਚ ਇਲੈਕਸ਼ਨ ਆਉਣਾ, ਉੱਥੇ ਤੁਹਾਨੂੰ ਪਤਾ ਟਰੂਡੋ ਨੂੰ ਵੀ ਵੋਟਾਂ ਦੀ ਜ਼ਰੂਰਤ ਆ, CBC ਫਿਰ ਹੁਣ ਧੁੱਕੀ ਕੱਢੀ ਜਾਂਦਾ ਮਹੀਨੇ 4 ਸਿਆਸਤ ਹੈ ਨਾ, ਹੁਣ ਉਹ ਇਸ ਮੁੱਦੇ 'ਤੇ ਪੂਰੀ ਘੇਰਾਬੰਦੀ ਜਿਹੜੀ ਆ ਆਪਦੀ ਕਰੀ ਬੈਠੇ ਆ। ਤਾਂ ਦੂਜੇ ਪਾਸੇ ਭਾਰਤੀ ਕਿਸੇ ਵੀ, ਮੈਂ ਸਮਝਦਾ ਕਿ ਵਿਦੇਸ਼ ਮੰਤਰਾਲਾ ਹੋਵੇ ਜਾਂ ਸਫੀਰ ਹੋਵੇ, ਕਿਸੇ ਦਾ ਵੀ ਅਧਿਕਾਰਤ ਤੌਰ 'ਤੇ ਮੈਂ ਕੋਈ ਇਹਦੇ 'ਤੇ
ਇਹਨਾਂ ਦਾ ਪ੍ਰਤੀਕਰਮ ਨਹੀਂ ਦੇਖਿਆ ਮਾਨ ਸਾਹਿਬ, ਨਾ ਕਿਤੇ ਕੋਈ ਪੀਸੀ ਵਗੈਰਾ ਕਿਤੇ? ਹਾਂਜੀ, ਮੈਂ ਦੇਖਿਆ ਨਹੀਂ ਹੈ। ਬਾਕੀ ਵਿਦੇਸ਼ ਮੰਤਰਾਲਾ ਕੋਈ ਰਿਐਕਟ ਕਰੇਗਾ ਤਾਂ ਅਸੀਂ ਜ਼ਰੂਰ ਉਹਦੀ ਵੀ ਗੱਲ ਕਰ ਲਵਾਂਗੇ। ਪਰ ਨਾਲ ਹੀ ਇੱਕ ਹੋਰ ਖਬਰ ਵੀ ਕਾਫੀ ਚਰਚਿਤ ਹੈ ਕਿ ਜਿਹੜਾ ਉਹ ਨਿਖਲ ਫੜਿਆ ਸੀਗਾ, ਹਾਂਜੀ, ਨਿੱਜਰ ਮਾਮਲੇ ਦੇ ਵਿੱਚ, ਨਹੀਂ ਪੰਨੂ ਵਾਲੇ ਮਾਮਲੇ 'ਚ ਜੀ, ਨਿਖਲ ਗੁਪਤਾ, ਨਿਖਲ ਗੁਪਤਾ, ਤਾਂ ਦੱਸਦੇ ਆ ਕਿ ਉਹਦੀ ਵੀ ਹਵਾਲਗੀ ਦੀ ਪਟੀਸ਼ਨ ਜਿਹੜੀ ਹੈ ਉਹ ਰੱਦ ਹੋ ਗਈ ਆ। ਤਾਂ ਹੁਣ ਜਿਹੜਾ ਉੱਥੋਂ ਦਾ ਕਾਨੂੰਨ ਮੰਤਰੀ ਆ, ਬਸ ਉਹਦਾ ਇੱਕ ਫੈਸਲਾ ਹੋਣਾ ਅਤੇ ਉਸ ਤੋਂ ਬਾਅਦ ਉਹਦੀ ਹਵਾਲਗੀ ਵੀ ਸੰਭਵ ਹੋ ਜਾਣੀ ਆ ਚੈੱਕ ਰਿਪਬਲਿਕ 'ਚੋਂ। ਚੈੱਕ ਰਿਪਬਲਿਕ 'ਚੋਂ ਉਹ ਵੀ ਵੱਡੀ ਖਬਰ ਆ ਜੀ ਜੀ, ਕਿ ਬਿਲਕੁਲ ਹਵਾਲਗੀ ਜਿਹੜੀ ਆ ਉਹ ਨਜ਼ਦੀਕ ਆ ਗਈ ਆ ਉਹਦੀ ਨਿਕਲਦੀ ਵੀ। ਜੀ 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 ਜੀ।